ਹੈਲੋ ਜੀ, ਵੈਲਕਮ ਟੂ ਮਾਈ ਨਿਊ ਬਲੌਗ। ਕੀ ਹਾਲ ਚਾਲ ਨੇ ਸਾਰਿਆਂ ਦੇ? ਅਤੇ ਲਓ ਜੀ, ਹੋ ਗਿਆ ਬ੍ਰੇਕਫਾਸਟ, ਸਵੇਰ ਤਾਂ ਤਿਆਰ ਅਤੇ ਆਪਾਂ ਵੀ ਬੈਠੇ ਖਾਣ ਨੂੰ ਤਿਆਰ। ਸਬਜ਼ੀ ਬਣੀ ਹੈ ਕੱਦੂ ਦੀ, ਅਤੇ ਨਾਲ ਨੂੰ ਲਿਆਉਂਦੀ ਬੇਰਕਾ ਦੀ ਲੱਸੀ। ਦੇਖੋ, ਇੱਕ ਨਮਕੀਨ ਵਾਲੀ ਆ ਅਤੇ ਇੱਕ ਮਿੱਠੀ ਵਾਲੀ ਆ। ਜਿੱਧਰ ਮੈਡਮ ਕਹਿੰਦੇ ਵੀ ਅਸੀਂ ਨੇ ਮਿੱਠੀ ਵਾਲੀ ਲੱਸੀ ਪੀਣੀ ਆ, ਅਤੇ ਆਪਾਂ ਨੂੰ ਮਿੱਠਾ ਥੋੜ੍ਹਾ ਜਿਹਾ ਘੱਟ ਹੀ ਪਸੰਦ ਹੈ। ਵੈ ਖਾ ਖੂ ਤਾਂ ਚੰਗਾ ਘੱਟ ਪਸੰਦ ਹੈ। ਲਓ ਜੀ, ਆਪਾਂ ਚੱਲੇ ਸੰਗਰੂਰ ਨਾਨ ਖਾਣ ਵਾਸਤੇ, ਅਤੇ ਸਾਰੇ ਦੋਸਤ ਇਕੱਠੇ ਹੋਏ ਸੀ, ਕਹਿੰਦੇ ਸੰਗਰੂਰ ਜਾਣਾ। ਅਤੇ ਦੇਖੋ ਇੱਧਰ ਸੰਗਰੂਰ ਸ਼ਹਿਰ। ਆਪ ਮੁਝੇ ਨਾ, ਮੈਂ ਥੋੜ੍ਹਾ ਬਿਜ਼ੀ ਹੂੰ, ਆਪ ਮੁਝੇ ਆਈਟਨਰੀ ਬਣਾ ਕੇ ਦੇਖ ਰਹੇ। ਇੱਥੇ ਦੇਖੋ, ਮਸ਼ਹੂਰ ਨਾਨ ਹੈ, ਨਾਨ ਦੀ ਸ਼ੌਪ ਹੈ, ਉੱਥੇ ਚੱਲਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਦੇ ਨਾਨ ਬਣਾਉਂਦੇ ਆ, ਕੀ ਗੱਲਬਾਤ ਹੈ। ਆ ਜਾਓ ਫਿਰ, ਖਾਂਦੇ ਹਾਂ ਸਾਰੇ ਮਿਲ ਕੇ। ਲਓ ਜੀ, ਆ ਗਏ ਆਪਣੇ ਗਰਮਾ ਗਰਮ ਨਾਨ, ਤੇ ਥੱਲੇ ਪਿਆ ਸਮਾਨ। ਲਓ ਜੀ ਦੇਖੋ ਆਪਣੇ ਦੇ ਨਜ਼ਾਰੇ, ਆ ਗੱਗੀ ਹੋਰਾਂ ਨੂੰ ਆ ਗਿਆ। ਦੇਖੋ ਇੱਧਰੋਂ ਹੱਥੋਂ ਹੱਸ ਹੱਸ ਕੇ, ਇੱਧਰ ਠੇਕੇਦਾਰ ਸਾਹਿਬ ਔਖੇ ਹੋ ਗਏ, ਇੱਧਰ ਸਭ ਨੇ ਪਲੇਟ ਕਿੱਥੇ ਧਰੀਏ, ਸਮਾਨ ਜ਼ਿਆਦਾ ਹੋਏ ਟੇਢੀ ਕਰਦਾ ਉੱਥੇ ਡੁੱਲਦੀ ਹੈ। ਐ ਮੇਰੇ ਵੀਰੋ, ਪਾ ਦੇ ਕਬਾਡੀ, ਐ ਚੱਕ ਦੀ ਰੇਸ। ਕੀ ਕਰੀ ਜਾਣੀ ਆ, ਹੈ ਕੀ ਡੰਡਾ ਕੀ ਪਤਾ ਨੀ, ਕੀ ਲਿਖ ਰਹੀ ਆ। ਲਓ ਜੀ, ਘੁੰਮ ਘੁੰਮ ਆ ਕੇ ਪਾ ਕੇ ਦੁਬਾਰਾ ਆਪਣੀ ਸ਼ੌਪ ਤੇ। ਵਧੀਆ ਚਿੱਲ ਕੀਤਾ, ਸੰਗਰੂਰ ਗਏ, ਘੁੰਮੇ ਫਿਰੇ, ਖਾਇਆ ਪੀਆ, ਗੇੜੇ ਦੇ ਕੇ ਆ ਗਏ। ਕਿਉਂਕਿ ਇਸ ਤੋਂ ਬਾਅਦ ਹੁਣ ਆਪਾਂ ਦੁਕਾਨ ਦਾ ਵੀ ਦੇਖਣਾ, ਅਤੇ ਟਾਈਮ ਵੀ ਵਾਹਵਾ ਹੋ ਗਿਆ। ਅੱਜ ਤਾਂ ਸਵੇਰੇ ਸਵੇਰੇ ਦੋਸਤ ਆ ਗਏ, ਲੈ ਗਏ ਸੰਗਰੂਰ ਘੁਮਾਉਣ ਵਾਸਤੇ, ਕਹਿੰਦੇ ਸੰਗਰੂਰ ਜਾਣਾ ਅਤੇ ਖਾ ਪੀ ਕੇ ਆਈਏ, ਹੈ ਨਾ। ਅਤੇ ਤੁਹਾਨੂੰ ਪਤਾ ਹੀ ਆ, ਦੋਸਤਾਂ ਨੂੰ ਆਪਾਂ ਮਨਾ ਵੀ ਨਹੀਂ ਕਰ ਸਕਦੇ, ਅਤੇ ਬਾਕੀ ਤੁਹਾਨੂੰ ਪਤਾ ਹੀ ਆ ਸਾਰਾ, ਜਿੱਥੇ ਲੱਗੀ ਹਿਸਾਬ ਤਾਜ਼ਾ ਉਵੇਂ ਦਾ ਹੀ। ਆ ਜਾਓ ਦੇਖਦੇ ਹਾਂ।